ਅਣਖ ਕਾਰਨ ਕਤਲ ਦੀਆਂ ਦੋ ਵਾਰਦਾਤਾਂ ਆਈਆਂ ਸਾਹਮਣੇ। ਇੱਕ ਪਾਸੇ ਸਾਲੇ ਨੇ ਕੀਤਾ ਆਪਣੇ ਜੀਜੇ ਦਾ ਕਤਲ, ਦੂਜੇ ਪਾਸੇ ਸਹੁਰੇ ਵੱਲੋਂ ਜਵਾਈ ਨੂੰ ਦਿੱਤੀ ਗਈ ਖੌਫਨਾਕ ਮੌਤ। ਇਹ ਦੋਨੇ ਵਾਰਦਾਤਾਂ ਵੱਖ ਵੱਖ ਸ਼ਹਿਰਾਂ ਦੀਆਂ ਨੇ ਜਿੱਥੇ ਕਿ ਰਿਸ਼ਤਿਆਂ ਦੇ ਕੀਤੇ ਗਏ ਕਤਲ। ਪਹਿਲਾ ਮਾਮਲਾ ਬਠਿੰਡੇ ਦੇ ਕੋਟਕਗੁਰੂ ਤੋਂ ਸਾਹਮਣੇ ਆਇਆ, ਜਿੱਥੇ ਕਿ ਸਾਲੇ ਵੱਲੋਂ ਜੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਮੁਜਰਮ ਦੇ ਭੈਣ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ, ਜੋ ਕਿ ਕੁੜੀ ਦੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ਼ ਸੀ, ਜਿਸ ਦੇ ਚੱਲਦਿਆਂ ਭਰਾ ਵੱਲੋਂ ਆਪਣੀ ਭੈਣ ਦੇ ਸਾਹਮਣੇ ਉਸਦਾ ਸੁਹਾਗ ਖਤਮ ਕਰ ਦਿੱਤਾ ਗਿਆ। ਉੱਥੇ ਹੀ ਪੁਲਿਸ ਵੱਲੋਂ ਮੁਜਰਮ ਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ, ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਸੰਗਤ ਤੋਂ ਕੋਟਗੁਰੂ ਪਿੰਡ ਵਿੱਚ। ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ, ਉਹ ਪਿੱਛੋਂ ਆਏ, ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਭੱਜ ਗਏ, ਮੌਕੇ ਤੋਂ ਫਰਾਰ ਹੋ ਗਏ। ਜਿਹਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ। ਮ੍ਰਿਤਕ ਦੀ ਪਛਾਣ ਹੋਈ ਹੈ ਆਕਾਸ਼ਦੀਪ ਸਿੰਘ, ਇਹ ਹੈ 24 ਸਾਲ ਦਾ, ਸੰਗਤ ਮੰਡੀ ਦਾ ਰਹਿਣ ਵਾਲਾ। ਉਹਦੀ ਵਾਈਫ ਦੇ ਬਿਆਨਾਂ ਤੇ ਜਿਹੜੀ ਪਿੱਛੇ ਬੈਠੀ ਸੀ ਹਰਪ੍ਰੀਤ ਕੌਰ, ਉਹਦੇ ਬਿਆਨਾਂ ਦੀ ਪਰਚਾ ਦਰਜ ਹੋਇਆ। ਉਹਦੇ ਬਿਆਨਾਂ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ 'ਚ ਇੰਟਰਕਾਸਟ ਮੈਰਿਜ ਹੋਈ ਸੀ, ਉਹਦੇ ਕਰਕੇ ਜਿਹੜੀ ਕੁੜੀ ਦੇ ਪੇਕੇ ਸੀਗੇ, ਭਰਾ ਸੀਗਾ, ਉਹ ਇਸ ਚੀਜ਼ ਤੋਂ ਓਬਜੈਕਟ ਕਰਦੇ ਸੀ। ਅਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ, ਉਹ 'ਚ ਕੁੜੀ ਦਾ ਸਗਾ ਭਰਾ ਸੀਗਾ ਅਤੇ ਬਾਕੀ ਤਿੰਨ ਉਹਦੇ ਫਰੈਂਡ ਸੀਗੇ, ਅਤੇ ਚਾਰੋਂ ਹੈ ਫੁੱਲੋ ਮਿੱਟੀ ਦੇ ਰਹਿਣ ਵਾਲਾ ਸਰ, ਇੰਟਰਕਾਸਟ ਮੈਰਿਜ ਕਰਕੇ ਆਪਸ 'ਚ ਟਕਰਾ ਦਿਓ। ਪਰਚਾ ਦਰਜ ਕੀਤਾ ਜੀ, 96 ਨੰਬਰ ਐਫ ਆਈ ਆਰ ਹੈ, 96 ਨੰਬਰ 103 ਬੀ ਐਨ ਐਸ। ਇਹ ਹੋਇਆ ਜੀ ਤਿੰਨ ਬੰਦਿਆਂ ਦੇ ਬਾਈ ਨੇਮ, ਚੌਥਾ ਅੱਜ ਨਾਮ ਜਦੋਂ 3 ਸਾਲ ਪਹਿਲਾਂ ਵਿਆਹ ਹੋਇਆ ਸੀ, 1 ਮਹੀਨਾ ਪਹਿਲਾਂ ਵੀ ਇਹਨਾਂ ਦਾ ਆਪਸ ਪੈਸੇ ਦੇ ਲੈਣ ਦੇਣ ਸੀ, ਉਹਦੇ ਕਰਕੇ 1-1.5 ਮਹੀਨਾ ਪਹਿਲਾਂ ਇਹਨਾਂ ਦੀ ਲੜਾਈ ਵੀ ਹੋਈ ਆਪਸ 'ਚ। ਅਤੇ ਇਹ ਜਦੋਂ ਜਾ ਰਹੇ ਸੀ, ਇਹ ਚਾਰ ਮੁੰਡੇ ਇਹਨਾਂ ਦੀ ਕਾਫੀ ਦੇਰ ਤੋਂ ਰੈਕੀ ਕਰਦੇ ਸੀ, ਅਤੇ ਅੱਜ ਉਹਨਾਂ ਨੇ ਫਿਰ ਮੌਕਾ ਦੇਖ ਕੇ ਇਹਨਾਂ 'ਤੇ ਇਹ ਜਾ ਰਹੇ ਸੀ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਬਠਿੰਡੇ ਸ਼ਹਿਰ ਆ ਰਹੇ ਸੀ। ਜਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਕਿ ਸਹੁਰੇ ਤੇ ਆਪਣੇ ਹੀ ਜਵਾਈ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਇੱਥੇ ਵੀ ਮਾਮਲਾ ਪ੍ਰੇਮ ਵਿਆਹ ਦਾ ਸੀ, ਜਿੱਥੇ ਕਿ ਲੜਕੀ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ, ਜੋ ਕਿ ਪਰਿਵਾਰ ਨੂੰ ਪਸੰਦ ਨਹੀਂ ਸੀ। ਕੁੜੀ ਦੇ ਪਿਤਾ ਵੱਲੋਂ ਕੁਲਾੜੀ ਮਾਰ ਮਾਰ ਜਵਾਈ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਮੁਜਰਮ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਹ ਜੀ ਕੱਲ 27/9/24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ 'ਤੇ ਕੋਈ ਝਗੜਾ ਹੋ ਗਿਆ ਅਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ, ਜਿਸ 'ਤੇ ਮੁੱਖ ਅਫਸਰ ਥਾਣਾ ਲਹਿਰਾ ਉੱਥੇ ਪਹੁੰਚੇ। ਅਸੀਂ ਵੀ ਉੱਥੇ ਪਹੁੰਚੇ, ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਏਲੀਅਸ ਕੋਕਰ ਸਨ ਆਫ ਨਾਇਕ ਸਿੰਘ ਪਿੰਡ ਭਾਈ ਕੀ ਪਿਸ਼ੌਰ, ਇਹ ਮ੍ਰਿਤਕ ਹਾਲਤ ਦੇ ਵਿੱਚ ਪਿਆ ਸੀ। ਅਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਟ ਸਿੰਘ ਸਨ ਆਫ ਮੁਕੰਦ ਸਿੰਘ ਵਾਸੀ ਭਾਈ ਕੀ ਪਿਸ਼ੌਰ ਇਹਨੇ ਕੀਤਾ। ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਜੀ। ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਜ਼ੀ ਚੱਲਦੀ ਸੀ ਜੀ, ਆਪਸ 'ਚ ਸਹੁਰਾ ਦੇ ਜਵਾਈ ਸਨ ਅਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ। ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ, ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾ ਰਹੀ ਹੈ।